ਇੱਕ ਰਾਜਾ ਵਿਰਸੇ 'ਚ ਮਿਲੀ ਰਾਜਗਦੀ ਤੇ ਜਦੋਂ ਬੈਠਿਆ ਤਾਂ ਮਿਹਨਤ ਕਰਨ ਬਿਨਾ ਗੱਦੀ ਮਿਲਣ ਕਾਰਨ ਉਸ ਦਾ ਅਕਲ ਵਾਲਾ ਪੱਖ ਕਮਜ਼ੋਰ ਸੀ। ਸ਼ਿਕਾਰ ਕਰਦਿਆਂ ਇੱਕ ਵਾਰੀ ਰਾਜੇ ਦੇ ਪੈਰ 'ਚ ਕੰਡਾ ਚੁਭ ਗਿਆ। ਉਹਨੇ ਹੁਕਮ ਦਿੱਤਾ ਕਿ ਰਾਜ ਦੀ ਸਮੁੱਚੀ ਧਰਤੀ ਤੇ ਗਲੀਚੇ ਵਿਛਾ ਦਿਓ। ਵਜ਼ੀਰ ਨੇ ਪੁੱਛਿਆ ਪੈਸੇ ਕਿੱਥੋਂ ਆਉਣਗੇ? ਦੂਜੇ ਨੇ ਕਿਹਾ ਸਭ ਜਗ੍ਹਾ ਗਲੀਚੇ ਵਿਛਾਉਣ ਦੀ ਤਾਂ ਤੁਸੀਂ ਜੁੱਤੀ ਪਹਿਨ ਲਓ। ਇਹ ਸੁਣ ਕੇ ਰਾਜੇ ਨੇ ਆਪਣਾ ਗਲੀਚੇ ਵਿਛਾਉਣ ਵਾਲਾ ਹੁਕਮ ਵਾਪਸ ਲੈ ਲਿਆ ਨਵਾਂ ਹੁਕਮ ਦੇ ਦਿੱਤਾ ਦੇਸ਼ ਦੀ ਸਾਰੀ ਜਨਤਾ ਨੂੰ ਜੁੱਤੇ ਪਹਿਨਾ ਦਿਓ ਜੇ ਇਹੋ ਜੇ ਗੱਦੀ ਤੇ ਬੈਠਣਗੇ ਤਾਂ ਇਹੋ ਜਿਹੀ ਹੁਕਮ ਜਾਰੀ ਹੋਣਗੇ ਧੰਨਵਾਦ